ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਸਵਾਗਤ ਆ ਤੁਹਾਡਾ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਅੱਜ ਆਪਾਂ ਪਹੁੰਚੇ ਹਾਂ ਫਾਰਮ ਟਰੈਕ ਸ਼ੋਅਰੂਮ ਆਸਾ ਏਜੰਸੀ ਕਪੂਰਥਲਾ ਜੀ, ਅਤੇ ਉਰੇ ਟਰੈਕਟਰ ਖੜ੍ਹਾ ਜੀ 6055, ਠੀਕ ਆ ਜੀ। ਅਤੇ ਇਹ ਟਰੈਕਟਰ ਦੀ ਡਿਲੀਵਰੀ ਵੀ ਇਹਨਾਂ ਦੇਣੀ ਆ, ਅਤੇ ਪੂਰੀ ਡਿਟੇਲ ਆਪਾਂ ਇਹਦੀ ਇੱਕ ਇੱਕ ਚੀਜ਼ ਆਪਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਸਾਰੀ ਸਮਝਾਵਾਂਗੇ, ਜੋ ਵੀ ਆ ਕਿੰਨੇ ਸੀਸੀ ਇਹ 'ਚ ਇੰਜਣ ਆ, ਲੈਫਟ ਕੰਪੈਸਟੀ ਇਹਦੀ ਕੀ ਆ, ਸਾਰਾ ਕੁਛ ਏ ਟੂ ਜੈਡ ਤੁਹਾਨੂੰ ਡਿਟੇਲ ਦਿੰਦੇ ਹਾਂ। ਜਿਹੜੇ ਭਰਾ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ, ਅਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਕਿਸੇ ਭਰਾ ਨੇ ਟਰੈਕਟਰ ਚਲਾਇਆ ਤਾਂ ਕਿੱਦਾਂ ਇਹਦਾ ਰਿਵਿਊ ਆ ਉਹ ਵੀ ਦੱਸਿਓ। ਕਰਦੇ ਹਾਂ ਵੀਡੀਓ ਸਟਾਰਟ ਜੀ, ਆਪਾਂ ਕਰਦੇ ਹਾਂ ਹੁਣ ਇਹਦਾ ਫੁੱਲ ਰਿਵਿਊ ਸਟਾਰਟ ਜੀ। ਅਤੇ ਭਰਾ ਜਿਹੜੇ ਕੰਪਨੀ ਵੱਲੋਂ ਉਰੇ ਨੇ, ਠੀਕ ਹੈ, ਏਜੰਸੀ ਵੱਲੋਂ, ਉਹਨਾਂ ਨੂੰ ਪੁੱਛਦੇ ਇਹਦੇ ਵਿੱਚ ਕਿਹੜੇ ਕਿਹੜੇ ਫੀਚਰ ਨੇ, ਪੂਰੀ ਡਿਟੇਲ ਤੁਹਾਨੂੰ ਟਰੈਕਟਰ ਦੀ ਦੇਵਾਂਗੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ, ਠੀਕ ਹੈ ਜੀ। ਆ ਜਾਓ ਵੀਰ ਜੀ, ਕਰਾਂ ਦਓ ਸਾਨੂੰ ਡਿਟੇਲ। ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ। ਇਹ ਆਪਣਾ ਮਾਡਲ ਹੈ ਜੀ ਫਾਰਮ ਟਰੈਕ ਦਾ 6055 ਵਰਲਡ ਮੈਕਸ ਜੀ 4x4 ਦੇ ਵਿੱਚ। ਇਹਦੇ ਵਿੱਚ ਪਿਛਲੇ ਟਾਇਰ ਜਿਹੜੇ ਆ ਰਹੇ ਆ ਉਹ ਆ ਰਹੇ ਆ 16928 ਦੇ ਜੀ, ਤੇ ਫਰੰਟ ਦੇ ਟਾਇਰਾਂ ਦਾ ਆ ਰਿਹਾ 9524 ਦੇ। ਔਰ ਕੰਪਨੀ ਦਾ ਇਹਦੇ ਤੇ ਬਹੁਤ ਵਧੀਆ ਸਿਸਟਮ ਆ ਜੀ, ਵੇਟ ਵਗੈਰਾ ਨਾਲ ਆ ਰਹੇ ਦੇ, 6 ਪਲੇਟਾਂ ਵਾ ਜੀ ਇਹਦੀਆਂ, 22 ਕਿਲੋ ਦੀਆਂ, 1.5 ਕੁਇੰਟਲ ਵੇਟ ਆ ਇਹਦਾ ਜੀ। ਤੇ ਜਿੱਦਾਂ ਵੀਰ ਜੀ ਫਰੰਟ ਐਕਸਲ ਕੰਪਨੀ ਸਕੌਟ ਆਪਦੇ ਉਹ ਕਰ ਰਹੀ ਹੈ ਜਾਂ ਜਿਵੇਂ ਕਈ ਕੰਪਨੀਆਂ ਕਰਾਰੋ ਵੀ ਵਰਤ ਰਹੀਆਂ ਨੇ ਜੀ? ਇਹ ਤਾਂ ਫਾਰਮ ਟਰੈਕ ਤਾਂ ਫਰੰਟ ਵਾਲਾ ਜਿਹੜਾ ਵੀ ਐਕਸਲ ਆਪਣੇ ਯੂਜ਼ ਕਰਦੇ ਆ ਜੀ 4-wheel ਦਾ ਜੀ, ਇਹਦਾ ਤਾਂ ਆਪਣਾ ਹੀ ਆ ਰਿਹਾ ਫਰੰਟ ਐਕਸਲ ਸਾਰਾ। ਤੇ ਟੋਟਲੀ ਮਤਲਬ ਆਪਾਂ ਕਹਿ ਸਕਦੇ ਜਿਹੜੀ ਫਾਰਮ ਟਰੈਕ ਕੰਪਨੀ ਆ ਜਾਂ ਸਕੌਟਸ ਲਾ ਲਓ ਵੀ ਕੋਈ ਪਾਰਟਸ ਬਾਹਰੋਂ ਨਹੀਂ ਲੈਂਦੀ, ਸਾਰੇ ਪਾਰਟਸ ਇਹਨਾਂ ਦੇ ਆਪਦੇ ਨੇ, ਸਾਰੇ ਪਾਰਟਸ ਇਹਨਾਂ ਦੇ ਆਪਣੇ ਆ ਰਹੇ ਸ਼ੁਰੂ ਤੋਂ ਹੀ, ਠੀਕ ਹੈ ਜੀ। ਹਾਂਜੀ, ਜਦ ਤੋਂ ਟਰੈਕਟਰ ਬਣਾ ਰਿਹਾ ਸਾਰੇ ਪਾਰਟਸ ਇਹਨਾਂ ਦੇ ਆਪਣੇ ਆ ਰਹੇ ਆ ਜੀ। ਤੇ ਅੱਗੇ ਇਹਦੀ ਜੇ ਆਪਾਂ ਸੀਸੀ ਦੀ ਗੱਲ ਕਰੀਏ ਕਿੰਨੇ ਸੀਸੀ ਇੰਜਣ ਦੇ ਵਿੱਚ? ਇਹਦੇ ਵਿੱਚ ਜੀ 3682 ਸੀਸੀ ਇੰਜਣ ਆ ਰਿਹਾ ਇਹਦੇ ਵਿੱਚ ਇਨ ਲਾਈਨ ਪੰਪ ਦੇ ਵਿੱਚ ਜੀ। ਹਾਂਜੀ, ਵੱਡਾ ਇੰਜਣ ਆ ਰਿਹਾ ਇਹਦਾ 3682 ਸੀਸੀ ਦੇ ਵਿੱਚ, ਤੇ ਇਨ ਲਾਈਨ ਪੰਪ ਆ ਜੀ, ਇਨ ਲਾਈਨ ਪੰਪ ਆ ਗਿਆ ਜੀ। ਹਾਂਜੀ, ਤੇ ਇਹਦੀ ਆਪਾਂ ਇਹਦੀ ਗੱਲ ਕਰੀਏ ਜੀ ਬੈਕਅਪ ਟਾਰਕ ਦੀ ਕਿੰਨੀ ਦਿੰਦਾ ਇੰਜਣ? 247 NM। ਤੇ ਬਾਕੀ ਜਿੱਦਾਂ ਜੀ ਗੇਅਰ ਇਹਦੇ ਮਤਲਬ ਟ੍ਰਾਂਸਮਿਸ਼ਨ ਆ ਜੀ ਉਹ ਕਿੰਨੀਆਂ ਸਪੀਡਾਂ ਨੇ ਗੇਅਰ ਦੀਆਂ ਜੀ? ਇਹਦੇ ਵਿੱਚ ਸਪੀਡਾਂ ਜੋ ਤੁਹਾਨੂੰ ਸਮਝਾ ਦਿੰਦੇ ਆ ਲੱਗੇ ਆਣ ਕੇ, ਇਹਦੇ ਵਿੱਚ ਆ ਗਿਆ ਜੀ ਆਪਣਾ ਮੰਨ ਲਓ ਆ ਗਿਆ ਇਹਦਾ ਲੋ ਹਾਈਟ ਜੀ ਗੇਅਰ। ਹਾਂਜੀ, ਓਕੇ। ਇਹ ਆ ਗਿਆ ਇਹਦੇ ਆਪਣਾ 1 2 3 4 ਜੀ ਚਾਰ ਸਪੀਡਾਂ ਜੀ। ਇਹਦੇ ਵਿੱਚ ਆਪਣਾ ਆ ਗਿਆ ਸ਼ਟਲ ਗੇਅਰ। ਅੱਛਾ, ਇਹ ਸ਼ਟਲ ਗੇਅਰ ਆ ਗਿਆ ਜੀ, ਫਾਰਵਰਡ ਤੇ ਰਿਵਰਸ। ਇਹ ਇਹਦਾ ਆ ਗਿਆ ਜੀ ਸਪੈਸ਼ਲ ਗੇਅਰ। ਇਹਦਾ ਕੀ ਕੰਮ ਹੈ ਇਹਦੇ ਬਾਰੇ? ਮੰਨ ਲਓ ਜਦੋਂ ਆਪਾਂ ਸੁਪਰ ਸੀਟਰ ਦੇ ਟਰੈਕਟਰ ਚਲਾਉਂਦੇ ਆ ਜੀ, ਆਪਾਂ ਨੂੰ ਉਹਦੇ ਵਾਸਤੇ ਜਿਹੜਾ ਸਹੀ ਤੋਰਾ ਵਾ ਨਾ ਜੀ ਉਹ ਇਸ ਗੇਅਰ ਦੇ ਵਿੱਚ ਆ ਰਿਹਾ ਜੀ। ਓਕੇ, ਸਪੈਸ਼ਲ ਦੇ ਵਿੱਚ ਜੀ? ਸਪੈਸ਼ਲ ਦੇ ਵਿੱਚ ਆ ਰਿਹਾ। ਇਹ ਆਪਾਂ ਸਪੈਸ਼ਲ ਮੰਨ ਲਓ ਸੁਪਰ ਸੀਟਰ ਲਈ ਕਹਿ ਸਕਦੇ ਆ, ਸੁਪਰ ਸੀਟਰ ਲਈ ਮੰਨ ਲਓ ਬੈਸਟ ਗੇਅਰ ਆ ਜੀ ਇਹ ਜੀ। ਹਾਂਜੀ, ਤੇ ਜੋ ਆਪਾਂ ਨੂੰ ਸੁਪਰ ਸੀਟਰ ਵਾਸਤੇ ਜੋ ਸਪੀਡ ਚਾਹੀਦੀ ਟਰੈਕਟਰ ਦੀ ਉਹ ਇਹਨਾਂ ਸਪੈਸ਼ਲ ਗੇਅਰ ਨਾਲ ਪੂਰੀ ਹੋ ਰਹੀ ਆ ਉਹਦੀ। ਮਤਲਬ ਇਹ ਸੁਪਰ ਸੀਟਰ ਹੋ ਗਿਆ, ਹੋਰ ਵੀ ਇੰਪਲੀਮੈਂਟ ਚੱਲਦੇ ਨੇ ਸਾਰੇ ਇੰਪਲੀਮੈਂਟ, ਜਿੰਨੇ ਵੀ ਆਪਾਂ ਨੂੰ ਸਪੈਸ਼ਲ ਗੇਅਰ ਵਾਸਤੇ ਚਾਹੀਦੇ ਉਹ ਇਹਦੇ ਵਿੱਚ ਹੈਗਾ ਅਵੇਲੇਬਲ ਆ। ਜਿੱਤੇ ਗਰਾਊਂਡ ਪੀਟੀ ਆਪਾਂ ਚਲਾਉਣੀ ਆ ਜੀ, ਹਾਂਜੀ ਬਿਲਕੁਲ ਸਪੈਸ਼ਲ ਆ। ਹਾਂਜੀ ਹਾਂਜੀ, ਜਿੰਨੇ ਪੀਟੀਓ ਦੀ ਇੰਪਲੀਮੈਂਟ ਹੈਗੇ ਆ ਜੀ। ਇਹ ਲੀਵਰ ਅੱਗੇ ਦਾ ਇਹ ਮੰਨ ਲਓ ਇਹਦਾ ਆ ਗਿਆ ਜੀ ਡਬਲ ਕਲੱਚ। ਓਕੇ, ਹਾਂਜੀ ਇੰਡੀਪੈਂਡੈਂਟ ਕਲੱਚ ਹੋ ਗਿਆ ਜੀ। ਹਾਂਜੀ, ਇਹਨੂੰ ਆਪਾਂ ਇੱਥੇ ਅੱਗੇ ਲਿਆਣ ਕੇ ਤਾਂ ਪੀਟੀਓ ਦਾ ਗੇਅਰ ਅੱਗੇ ਕਰਕੇ ਲਾ ਲੈਣਾ, ਫਿਰ ਉਸ ਤੋਂ ਬਾਅਦ ਵਿੱਚ ਇਹਨੂੰ ਆਪਾਂ ਸਲੋ ਆਪਣਾ ਸਹੀ ਸੀਗੇ ਪਿੱਛੇ ਛੱਡਣਾ ਤੇ ਆਪਣਾ ਇੰਪਲੀਮੈਂਟ ਕੋਈ ਕਲੱਚ ਦੱਬਣ ਦੀ ਲੋੜ ਨਹੀਂ, ਕੋਈ ਕਲੱਚ ਦੱਬਣ ਦੀ ਲੋੜ ਨਹੀਂ, ਕਲੱਚ ਤੋਂ ਕੰਮ ਕਰਦਾ ਹੈ। ਹਾਂਜੀ ਬਿਲਕੁਲ ਜੀ ਬਿਲਕੁਲ, ਸ਼ਟਲ ਗੇਅਰ ਦੇ ਵਿੱਚ ਸਾਰੀਆਂ ਸਪੀਡਾਂ ਪੂਰੀਆਂ ਮਿਲਣਗੀਆਂ ਆਪਾਂ ਨੂੰ ਇਸ ਟਰੈਕਟਰ ਦੇ ਵਿੱਚ। ਤੇ ਵੀਰ ਜੀ ਜਿੱਦਾਂ ਗੱਲ ਕਰੀਏ ਇਹਦਾ ਸੈਂਟਰ ਵੱਲੋਂ ਫਰੰਟ ਜਿਹੜਾ ਚੁੱਲ੍ਹਾ ਜੀ ਉਹ ਵੀ ਬਹੁਤ ਹੈਵੀ ਕੰਪਨੀ ਲਾ ਰਹੀ ਹੈ ਜੀ। ਕੰਪਨੀ ਵੱਲੋਂ ਜਿੱਦਾਂ 4-wheel ਟਰੈਕਟਰ ਨਾਲ ਜੀ ਇਹਨੂੰ ਪੂਰਾ ਹੈਵੀ ਹਿੱਸਾ ਰਿਹਾ ਮੋਰੇ ਜੀ, ਪੂਰਾ ਹੈਵੀ ਚੁੱਲ੍ਹਾ ਵਾ ਜੀ ਜੀ। ਉਸ ਤੋਂ ਬਾਅਦ ਵਿੱਚ ਜਿਹੜੀ ਸਭ ਤੋਂ ਵਧੀਆ ਗੱਲ ਆ ਕੰਪਨੀ ਦੀ ਉਹ ਇਹ ਆ ਵੀ ਇਹਨੂੰ ਫਰੰਟ ਦੇ ਉੱਪਰ ਵੇਟ ਕੰਪਨੀ
ਆਪ ਲਾ ਕੇ ਦੇ ਰਹੀ ਆ ਕੋਲੋਂ ਜੀ। ਅਦਰ ਕੰਪਨੀਆਂ ਦੇ ਵਿੱਚ ਫਰੰਟ ਦੇ ਉੱਪਰ ਵੇਟ ਜਿਹੜੇ ਉਹ ਕਿਸੇ ਦੇ ਨਾਲ ਨਹੀਂ ਆ ਰਹੇ ਜੀ, ਉਹ ਬਾਅਦ ਵਿੱਚ ਕਸਟਮਰ ਨੂੰ ਆਪ ਹੀ ਪਰਚੇਜ਼ ਕਰਕੇ ਲਾਉਣੇ ਪੈਂਦੇ ਆ ਜੀ। ਉਹ ਵੀ ਕਸਟਮਰ ਦਾ ਆਪਣਾ ਖਰਚਾ ਜਿਹੜਾ ਕਸਟਮਰ ਦਾ ਜੀ ਉਹ ਬਚ ਜਾਂਦਾ ਇਹਦੇ ਵਿੱਚ ਜੀ। ਹਾਂਜੀ, ਫਰੰਟ ਦੇ ਜਿਹੜੇ ਵੇਟ ਲੱਗ ਰਹੇ ਆ, ਬਾਕੀ ਪੂਰਾ ਹੈਵੀ ਆ ਮੋਰੇ ਫਰੰਟ ਤੋਂ ਜੀ, ਉਹਦੇ ਨਾਲ ਜਿਹੜੀ ਸਲਿੱਪ ਹੈ ਇਹਦੀ ਉਹ ਵੀ ਘੱਟ ਜਾਂਦੀ ਆ ਜੀ ਜੀ। ਤੇ ਜਿੰਨਾ ਵਜਨ ਆਪਾਂ ਨੂੰ ਜ਼ਰੂਰਤ ਉਹਨਾਂ ਵਜਨ ਕੰਪਨੀ ਦੇ ਫਰੰਟ ਦੇ ਪਾ ਕੇ ਇਹਨੂੰ ਪੂਰਾ ਬੈਲੈਂਸ ਦੇ ਵਿੱਚ ਬਣਾਇਆ ਪਿਆ ਟਰੈਕਟਰ ਨੂੰ। ਇਹਦੇ ਨਾਲ ਪਰਫਾਰਮੈਂਸ ਦਾ ਉਹਦੇ ਨਾਲ ਜਿੱਦਾਂ ਮੰਨ ਲਓ ਪਰਫਾਰਮੈਂਸ ਦੇ ਵਿੱਚ ਸਲਿੱਪ ਘੱਟ ਜਾਂਦੀ ਆ ਜੀ ਜੀ। ਹਾਂਜੀ, ਵਜਨ ਦੇ ਨਾਲ ਮੋਰੇ ਸਲਿੱਪ, ਹਾਂਜੀ ਪੂਰੀ ਪ੍ਰੋਪਰ ਖਿਚਾਈ ਬਣ ਜੀ, ਪੂਰੀ ਪ੍ਰੋਪਰ ਗ੍ਰਿਪ ਬਣਦੀ ਆ ਟਾਇਰਾਂ ਦੀ ਜੀ ਸਰ। ਹਾਂਜੀ, ਤੇ ਇਹਦੀ ਸਰ ਜਿੱਦਾਂ ਆਪਾਂ ਅੱਗੇ ਗੱਲ ਕਰੀਏ ਲਿਫਟ ਕੰਪੈਸਿਟੀ ਕਿੰਨੀ ਆ ਜੀ? ਲਿਫਟ ਕੰਪੈਸਿਟੀ ਜੀ ਇਹਦੀ ਆ ਰਹੀ ਆ 26 ਕੁਇੰਟਲ ਦੀ। 26 ਕੁਇੰਟਲ ਦੀ ਹੈਵੀ ਲਿਫਟ ਆ ਜੀ ਇਹਦੇ ਵਿੱਚ ਜੀ। ਉਸ ਤੋਂ ਬਾਅਦ ਵਿੱਚ ਜਿੱਦਾਂ ਹੁਣ ਆਪਣੇ ਮੰਨ ਲਓ ਸਟੇ ਬਾਰਾਂ ਪ੍ਰੋਪਰ ਕੰਪਨੀ ਦੇ ਰਹੀ ਆ ਜੀ ਇਹਨੂੰ ਸਾਈਡਾਂ ਦੇ ਉੱਪਰ, ਹਾਂਜੀ ਸਟੇ ਬਾਰਾਂ, ਹਾਂਜੀ। ਤੇ ਦੋਨਾਂ ਸਾਈਡਾਂ ਤੋਂ ਇਹਦੀ ਐਡਜਸਟਮੈਂਟ ਆ ਜੀ ਲੈਂਕਾਂ ਦੀ, ਦੋਨਾਂ ਸਾਈਡ ਜੈਕ ਲੈ ਦੇ ਤੁਸੀਂ। ਹਾਂਜੀ, ਇਧਰੋਂ ਵੀ ਐਡਜਸਟਮੈਂਟ ਕਰ ਸਕਦੇ ਆ ਤੇ ਇਧਰੋਂ ਵੀ ਕਰ ਸਕਦੇ ਆ ਜੀ। ਨਹੀਂ ਆਪਾਂ ਦੇਖਿਆ ਇੱਕ ਸਾਈਡ ਆਉਂਦਾ, ਨਹੀਂ ਤਾਂ ਇੱਕ ਸਾਰੀਆਂ ਕੰਪਨੀ ਦੀ ਇੱਕ ਸਾਈਡ ਹੀ ਆਉਂਦਾ ਵਾ। ਫਾਰਮ ਟਰੈਕ ਦੇ ਤੁਹਾਨੂੰ ਜਿਹੜੀ ਐਡਜਸਟਮੈਂਟ ਲੈਂਕਾਂ ਦੀ ਉਹ ਦੋਨਾਂ ਸਾਈਡਾਂ ਤੋਂ ਮਿਲੂਗੀ ਜੀ। ਉਸ ਤੋਂ ਬਾਅਦ ਵਿੱਚ ਲੈਂਕਾਂ ਵਗੈਰਾ ਪੂਰੀਆਂ ਹੈਵੀ ਆ ਜੀ, ਜਿੰਨੇ ਭਾਰੀ ਤੋਂ ਭਾਰੀ ਇੰਪਲੀਮੈਂਟ ਆ, ਜਿੱਦਾਂ ਅੱਜਕੱਲ ਆਸਾਨੀ ਨਾਲ ਪੋਟੈਟੋ ਵਾਲੀਆਂ ਮਸ਼ੀਨਾਂ ਆ ਰਹੀਆਂ ਨੇ ਨਾ। ਹਾਂਜੀ, ਪੋਟੈਟੋ ਵਾਲੀਆਂ ਮਸ਼ੀਨਾਂ ਹੋਈਆਂ, ਜਿੱਦਾਂ ਹੁਣ ਆਲੂ ਦੀ ਖੇਤੀ ਦੇ ਵਿੱਚ ਸਾਰਾ ਹੀ ਪਲਾਓ ਚੱਲਦਾ ਜੀ ਜੀ। ਹਾਂਜੀ, ਇਹ ਜਿਹੜਾ ਹੁਣ ਟਰੈਕਟਰ ਆਪਾਂ ਅੱਜ ਡਿਲੀਵਰ ਕੀਤਾ ਜੀ, ਇਹ ਆਪਣਾ ਮੰਨ ਲਓ ਇਹਨਾਂ ਨੇ ਪਲਾਓ ਦੇ ਉੱਪਰ ਹੀ ਚਲਾਉਣਾ ਜੀ ਇਹਨੂੰ ਜੀ। ਹਾਂਜੀ, ਮੰਨ ਲਓ ਮੇਨ ਵੱਡੀ ਵਹਾਈ ਤੇ ਚਲਾਉਣਾ ਟਰੈਕਟਰ ਇਹੋ ਜੀ, ਉਹਦਾ ਕਰਕੇ ਲਿੰਕਾਂ ਵਗੈਰਾ, ਜੈਕ, ਸਟੇ ਬਾਰਾਂ, ਲਿਫਟ 26 ਕੁਇੰਟਲ ਦੀ, ਸਾਰਾ ਕੁਝ ਹੀ ਹੈਵੀ ਆ ਜੀ ਇਹਦੇ ਵਿੱਚ। ਬਾਕੀ ਕੰਪਨੀ ਵੱਲੋਂ ਇਹਨੂੰ ਹੁੱਕ ਵੀ ਨਾਲ ਕੰਪਨੀ ਵੱਲੋਂ ਹੀ ਆ ਰਹੀ ਆ ਜੀ ਇਸ ਟਰੈਕਟਰ ਨੂੰ, ਕਸਟਮਰ ਨੂੰ ਬਹੁਤ ਹਾਂਜੀ। ਫਾਰਮ ਟਰੈਕ ਦੇ ਸਾਰੇ ਮਾਡਲਾਂ ਨੂੰ ਜੀ ਹੁੱਕ ਮੰਨ ਲਓ ਨਾਲ ਹੀ ਆ ਰਹੀ ਆ ਜੀ, ਹੁੱਕ ਵੀ ਆ ਰਹੀ ਆ, ਫਰੰਟ ਦੇ ਵੇਟ ਆ ਰਹੇ ਆ ਜੀ, ਜਿਹੜੇ ਦੂਜੇ ਮਾਡਲ ਉਹਨਾਂ ਨੂੰ ਬੰਪਰ ਆ ਰਿਹਾ ਨਾਲ ਜੀ। ਹਾਂਜੀ, ਤੇ ਸਰ ਇਹਦਾ ਮਤਲਬ ਆਪਣਾ ਹਿੱਸਾ, ਬੈਕ ਹਿੱਸਾ ਕਹਿ ਸਕਦੇ ਕਿ ਕਿਹੜਾ ਪਲੰਟਰੀ ਡਰਾਈਵ ਆ ਕਿੱਦਾਂ ਜੀ? ਹਾਂਜੀ, ਪਲੰਟਰੀ ਟਾਈਪ ਆ ਰਿਹਾ ਜੀ ਇਹਦਾ, ਬੈਕ ਤੇ ਹਿੱਸਾ ਜਿਹੜਾ ਆਪਣਾ ਜੀ, ਤੇ ਆਪਣਾ ਬਾਕੀ ਇਹ ਫਾਰਮ ਟਰੈਕ ਆਪ ਹੀ ਤਿਆਰ ਕਰਦੀ ਆ ਜੀ ਹਿੱਸਾ ਇਹਦਾ। ਤੇ ਸਰ ਇਹਦੇ ਟਿਊਬਾਂ ਵੀ ਬਹੁਤ ਬਹੁਤ ਜ਼ਿਆਦਾ, ਹਾਂਜੀ ਬਹੁਤ ਜ਼ਿਆਦਾ ਹੈਵੀ ਆ ਜੀ, ਜਿੱਦਾਂ ਹੈਵੀ ਟਰਾਲੀ ਵਾਸਤੇ, ਹੈਵੀ ਇੰਪਲੀਮੈਂਟ ਵਾਸਤੇ, ਸਾਰਾ ਹੀ ਹੈਵੀ ਆ ਟਰੈਕਟਰ ਪਿੱਛੋਂ। ਨਹੀਂ ਆਪਾਂ ਦੇਖਦੇ ਆ ਜੀ, ਮਤਲਬ ਉਰੋਂ ਤਾਂ ਹੈਵੀ ਹੁੰਦੀਆਂ ਨੇ ਅੱਗੇ ਜਾ ਕੇ। ਹਾਂਜੀ ਹਾਂਜੀ, ਪੈ ਜਾਂਦਾ ਬਿਲਕੁਲ ਬਿਲਕੁਲ, ਪੂਰਾ ਪ੍ਰੋਪਰ ਹੈਵੀ ਆ ਜੀ ਟਰੈਕਟਰ, ਅੱਗਿਓਂ ਵੀ ਪੂਰਾ ਹੈਵੀ ਆ ਟਰੈਕਟਰ ਤੇ ਪਿੱਛੋਂ ਵੀ ਪੂਰਾ ਹੈਵੀ ਆ ਜੀ। ਮਤਲਬ ਵੱਡੇ ਇੰਪਲੀਮੈਂਟਾਂ ਨੂੰ ਕੰਪਨੀ ਦੇਖ ਕੇ ਸਾਰਾ ਕੁਝ, ਬਿਲਕੁਲ ਜੀ ਬਿਲਕੁਲ, ਪੂਰਾ ਹੈਵੀ ਆ ਜੀ, ਕੋਈ ਕਮੀ ਨਹੀਂ ਛੱਡੀ, ਬਿਲਕੁਲ ਕੋਈ ਕਮੀ ਨਹੀਂ ਛੱਡੀ, ਬਾਅਦ ਚ ਕੋਈ ਰੁਪਿਆ ਲਾਉਣਾ ਨਾ ਪਵੇ। ਬਿਲਕੁਲ ਬਿਲਕੁਲ, ਹਾਂਜੀ ਚਾਰੇ ਪਾਸ ਆਪਾਂ ਦੇਖ ਸਕਦੇ ਆ ਜੀ। ਹਾਂਜੀ, ਬਾਕੀ ਪਲੇਟਫਾਰਮ ਬਹੁਤ ਖੁੱਲਾ ਡੁੱਲਾ ਹਨਾ ਜੀ। ਬਾਕੀ ਇਹਦੇ ਵਿੱਚ ਜਿਹੜੀ ਇਹਦਾ ਸਰਵਿਸ ਦਾ ਟਾਈਮ ਹੈਗਾ ਭਾਜੀ ਉਹ 500 ਘੰਟੇ ਦਾ ਕੰਪਨੀ ਵੱਲੋਂ, ਜਿਹੜੀ ਸਭ ਤੋਂ ਵੱਡੀ ਇਹਦੇ ਵਿੱਚ ਖੂਬੀ ਆ, 500 ਘੰਟੇ ਦੀ ਇਹਦੀ ਸਰਵਿਸ ਹੋ ਰਹੀ ਆ ਟਰੈਕਟਰ ਦੀ। ਨਹੀਂ ਆਮ ਡੀ ਆਈ ਟਰੈਕਟਰਾਂ ਦੇ ਵਿੱਚ ਕਿਸੇ ਦੀ 250 ਤੇ ਹੁੰਦੀ ਆ, ਕਿਸੇ ਦੀ 300 ਤੇ ਹੁੰਦੀ ਆ, ਪਰ ਇਹਦੇ ਵਿੱਚ ਆਪਾਂ ਨੂੰ ਜਿਹੜੀ ਸਰਵਿਸ ਆ ਟਰੈਕਟਰ ਦੀ ਨਾ ਉਹ 500 ਘੰਟੇ ਦੇ ਕਰਵਾਉਣੀ ਆ ਆਪਾਂ, 500 ਘੰਟੇ ਦਾ ਟਾਈਮ ਹੈ ਇਹਦੇ ਵਿੱਚ। ਤੇ ਕੰਪਨੀ ਇਹਦੀ ਕੀ ਮਤਲਬ ਗਰੰਟੀ ਦੇ ਵਾਰੰਟੀ ਇਹਦੇ ਵਿੱਚ ਜਿਹੜਾ ਆਪਣਾ ਗਰੰਟੀ ਦਾ ਟਾਈਮ ਹੈਗਾ ਜੀ ਉਹਦਾ ਹੈਗਾ ਵਾ ਇੰਜਨ, ਗੇਅਰ ਔਰ ਲਿਫਟ ਬੈਕ ਐਂਡ, ਇਹਦਾ 5 ਸਾਲ ਦਾ ਟਾਈਮ ਆ ਜੀ। ਬਾਕੀ ਪੂਰੇ ਟਰੈਕਟਰ ਦਾ ਇਲੈਕਟ੍ਰੋਨਿਕ ਸਮਾਨ ਜਿੰਨਾ ਵੀ ਹੋ ਗਿਆ, ਵਾਇਰਿੰਗ ਹੋ ਗਈ, ਡੀਜ਼ਲ ਪੰਪ ਹੋ ਗਿਆ, ਸੈਲਫ ਅਲਟਰਨੇਟਰ ਬੈਟਰੀ, ਇਲੈਕਟ੍ਰੋਨਿਕ ਚੀਜ਼ਾਂ, ਇਲੈਕਟ੍ਰੋਨਿਕ ਉਹਦੀ 1 ਸਾਲ ਦੀ ਜੀ, ਉਹਦੀ 1 ਸਾਲ ਦੀ, ਸਾਰੇ ਟਰੈਕਟਰਾਂ ਦੀ, ਮਤਲਬ ਪੂਰੇ ਟਰੈਕਟਰ ਦੀ 1 ਸਾਲ ਦੀ ਆ ਜੀ। ਉਸ ਤੋਂ ਬਾਅਦ ਵਿੱਚ ਜਿਹੜੀ ਕਸਟਮਰ ਨੂੰ 5 ਸਾਲ ਦੀ ਇਹਦੀ ਇੰਜਨ ਦੀ, ਗੇਅਰ ਦੀ, ਕਲੱਚ ਦੀ, ਆਪਣਾ ਮੰਨ ਲਓ ਲਿਫਟ ਦੀ ਜੀ, ਹਾਂਜੀ ਉਹਦੀ ਜਿਹੜੀ ਆ 5 ਸਾਲ ਦੀ, ਹਾਂਜੀ ਜ਼ਰੂਰੀ ਪਾਰਟ, ਜਿਹੜੀ ਕੰਪਨੀ ਜਿੰਨੇ ਪਾਰਟਸ ਆ ਬਣਾ ਰਹੀ ਉਹਦੀ ਸਾਰੀ ਦੀ 5 ਸਾਲ ਦੀ ਆ ਜੀ ਜੀ। ਹਾਂਜੀ, ਤੇ ਸਰ ਇਹਦੇ ਪੀਟੀਯੂ ਆ, ਹਾਂਜੀ ਉਹ ਕਿੰਨੇ ਤਰ੍ਹਾਂ ਦੀ ਆਉਂਦੀ ਹੈ ਇਹਦੀ ਪੀਟੀਯੂ? ਸਰ ਆ ਜੋ ਲੱਗੇ ਲੀਵਰ ਤੋਂ ਦਿਖਾਈਏ ਆਪਾਂ ਜੀ। ਇਹਦੇ ਵਿੱਚ ਆ ਦੇਖੋ 540 ਚੱਕਰ ਆ ਜੀ ਜੀ, ਰਾਊਂਡ ਪੀਟੀਯੂ ਆ ਇਹਦੀ ਆ ਗਈ ਜੀ, ਰਿਵਰਸ ਪੀਟੀਯੂ ਜੀ ਬੈਕ ਤੇ। ਹਾਂਜੀ, ਤੇ ਜਿਹੜਾ ਇਧਰਲਾ ਲੋਕ ਆ ਗਿਆ ਜੀ, ਇਹ ਆ ਗਿਆ ਸਰ ਆਪਣਾ 4 ਵੀਲ ਦਾ ਲੀਵਰ। ਇਹ ਕਿੱਦਾਂ ਕੰਮ ਕਰਦਾ ਜੀ? ਮੰਨ ਲਓ ਇਹਨੂੰ ਆਪਾਂ ਜਦੋਂ 4 ਵੀਲ ਯੂਜ਼ ਕਰਨਾ ਤੇ ਇਹਨੂੰ ਆਪਾਂ ਜੀ ਉੱਪਰ ਉਠਾ ਦੇਣਾ ਵਾ ਜੀ। ਹਾਂਜੀ, ਉੱਪਰ ਚੱਕ ਕੇ ਆਪਣਾ 4 ਵੀਲ ਗੇਅਰ ਲੱਗ ਜਾਏਗਾ ਤੇ ਅੱਗੇ ਉਹ ਦੂਸਰੀ ਸਾਈਡ ਹੀ, ਦੂਸਰੀ ਸਾਈਡ ਇਹ ਹੈਗਾ ਜੀ ਆਪਣਾ ਡਿਫੈਂਸ਼ਰ ਲੋਕ। ਓਕੇ, ਹਾਂਜੀ ਮੰਨ ਲਓ ਜਦੋਂ ਆਪਾਂ ਨੂੰ ਖੇਤ ਦੇ ਵਿੱਚ ਜ਼ਰੂਰਤ ਹੈਗੀ ਆ ਡਿਫੈਂਸ਼ਰ ਲੋਕ ਦੀ ਤਾਂ ਇਹਨੂੰ ਆਪਾਂ ਟਰੈਕਟਰ ਨੂੰ ਆਪਾਂ
ਡਿਫਰੈਂਸ਼ੀਅਲ ਲੌਕ ਲਗਾ ਸਕਦੇ ਹਾਂ। ਮਤਲਬ ਡਿਫਰੈਂਸ਼ੀਅਲ ਲੌਕ, ਚਲੋ ਕਈਆਂ ਨੂੰ ਨਹੀਂ ਪਤਾ ਹੁੰਦਾ ਕੀ ਕੰਮ ਕਰਦਾ। ਇਹਦੀ ਮੇਨ ਜ਼ਰੂਰਤ ਆਪਾਂ ਨੂੰ ਖੇਤ ਦੇ ਵਿੱਚ ਜਦੋਂ ਟਰਾਲੀ ਕੱਢਦੇ ਹਾਂ ਆਪਾਂ ਜੀ, ਉਹਦੇ ਵਿੱਚ ਆਪਾਂ ਨੂੰ ਇਹਦੀ ਜ਼ਰੂਰਤ ਪੈਂਦੀ ਹੈ ਜੀ, ਡਿਫਰੈਂਸ਼ੀਅਲ ਲੌਕ ਦੀ। ਆਪਣਾ ਮੰਨ ਲਓ ਜਦੋਂ ਇੱਕ ਟਾਇਰ ਸਲਿਪ ਕਰ ਰਿਹਾ, ਦੂਸਰੇ ਟਾਇਰ ਤੇ ਨਹੀਂ ਜ਼ੋਰ ਆ ਰਿਹਾ, ਫਿਰ ਆਪਾਂ ਦਾ ਡਿਫਰੈਂਸ਼ੀਅਲ ਲੌਕ ਲਾਵਾਂਗੇ ਤੇ ਦੋਨੋਂ ਟਾਇਰ ਬਰਾਬਰ ਜ਼ੋਰ ਲਾਉਣਗੇ, ਇੱਕੋ ਸਾਰ ਜੀ, ਇੱਕ ਸਾਰ ਲਾਉਣਗੇ। ਮਤਲਬ ਜੇ ਟਰੈਕਟਰ ਕਿਤੇ ਫਸਦਾ ਇਹਦਾ ਤਾਂ ਉੱਥੇ ਨੂੰ ਆਪਾਂ ਯੂਜ਼ ਕਰ ਲਓ, ਬਸ ਫਸੇ ਤੇ ਤਾਂ ਉਹਦੇ ਨਾਲ ਸਲਿਪ ਨਹੀਂ ਬਣਦਾ। ਵੈਸੇ ਤਾਂ ਸਰ ਫਾਰਮ ਟਰੈਕ ਫਸਿਆ ਨਹੀਂਗਾ, ਹਾਂ ਜੇ ਕਿਤੇ ਜ਼ਰੂਰਤ ਪੈਂਦੀ ਆ ਤੇ ਆਪਾਂ ਡਿਫਰੈਂਸ਼ੀਅਲ ਲੌਕ ਕੰਪਨੀ ਨੇ ਉਹਦੀ ਇਹਦੇ ਵਿੱਚ ਦਿੱਤਾ ਪਿਆ ਤਾਂ ਆਪਾਂ ਲਗਾ ਸਕਦੇ ਹਾਂ। ਤੇ ਸਰ ਇਹਦੇ ਲਿਫਟ ਦੇ ਵੀ ਕੰਟਰੋਲ ਹੋ ਰਹੇ ਆ, ਉਹਦੇ ਕੀ ਕੰਮ ਨੇ? ਸਰ ਲਿਫਟ ਦੇ ਆ ਗਿਆ ਜੀ, ਇਹਦਾ ਆਪਣਾ ਟਰਾਂਸਪੋਰਟ ਲੌਕ ਜੀ, ਆ ਦੇਖੋ ਜੀ, ਆਪਾਂ ਹੁਣ ਕੋਈ ਇੰਪਲੀਮੈਂਟ ਆਪਾਂ ਪਾ ਕੇ ਲਿਜਾ ਰਹੇ ਹਾਂ ਜੀ, ਮੰਨ ਲਓ ਆਪਾਂ ਘਰ ਤੋਂ ਖੇਤ ਦੇ ਵਿੱਚ ਪਾ ਕੇ ਲਿਜਾ ਰਹੇ ਹਾਂ ਉਹਨੂੰ ਜੀ, ਤੇ ਕੋਈ ਭਰ ਰਿਹਾ ਇੰਪਲੀਮੈਂਟ ਆਪਣਾ, ਮੰਨ ਲਓ ਪਲੋਈ ਲਾ ਲਓ, ਆਪਾਂ ਇਹਨੂੰ ਉੱਪਰ ਉਠਾ ਕੇ ਲਿਫਟ ਨੂੰ ਲਿਜਾ ਰਹੇ ਹਾਂ ਤੇ ਆਪਾਂ ਇਹਨੂੰ ਉਹਨੂੰ ਲੌਕ ਲਾ ਸਕਦੇ ਹਾਂ ਟਰਾਂਸਪੋਰਟ ਲੌਕ। ਇਹ ਰਸਤੇ ਦੇ ਵਿੱਚ ਆਪਣਾ ਕੋਈ ਵੀ ਇੰਪਲੀਮੈਂਟ, ਕੋਈ ਲੀਵਰ ਤੇ ਹੱਥ ਵੱਜ ਕੇ ਡਿੱਗੇ ਨਾ ਜੀ, ਉਹਦੇ ਵਾਸਤੇ ਸੇਫਟੀ ਆ ਜੀ ਆਪਣੀ ਲਿਫਟ ਦੀ। ਮਤਲਬ ਜਿੱਥੇ ਲਿਫਟ ਬੰਦਤੀ ਉੱਥੇ ਹੀ ਇਹਨੇ ਖੜਨਾ ਜੀ, ਜਿੱਥੇ ਆਪਾਂ ਇਹਨੂੰ ਉੱਪਰ ਚੱਕ ਕੇ ਲਿਫਟ ਨੂੰ ਲੌਕ ਲਗਾ ਦਿੱਤਾ ਤਾਂ ਲਿਫਟ ਆਪਣੀ ਉੱਥੇ ਚ ਰਹੇਗੀ। ਇਹਦੀ ਮਤਲਬ ਸਪੀਡ ਦਾ ਵੀ ਕੋਈ ਫਰਕ ਪੈਂਦਾ? ਵੱਧ ਘੱਟ ਸਪੀਡ ਦਾ ਤਾਂ ਸਰ ਉਹਦੇ ਵਿੱਚ ਇਹਨੇ ਲਿਫਟ ਨੇ ਲੌਕ ਹੀ ਕਰਨਾ ਇਹਨੂੰ, ਓਕੇ, ਡਿਫੈਂਸ਼ਰ ਲੌਕ ਨੇ ਲੌਕ ਹੀ ਕਰਨਾ ਹੈਗਾ ਇਹਨੂੰ ਜੀ। ਹਾਂਜੀ, ਤੇ ਇਹਦੀ ਲਿਫਟ ਕੈਪੈਸਿਟੀ ਕਿੰਨੀ ਹੈ ਸਰ? ਇਹਦੀ ਆਪਣੀ ਹੈਗੀ ਜੀ 26 ਕੁਇੰਟਲ ਦੀ, 26 ਹੋ ਗਈ ਜੀ 26 ਹੋ ਗਈ ਜੀ ਪੂਰੀ ਹੈਵੀ ਲਿਫਟ ਆ ਰਹੀ ਹੈ ਜੀ ਇਹਦੀ ਤੇ ਬਾਕੀ ਉਹ ਵੀ ਆਪਾਂ ਦੇ ਸਕਦੇ ਆ ਆਮ ਟਰੈਕਟਰ ਜਿਨ੍ਹਾਂ ਦੀ ਲਿਫਟ ਜਿੱਦਾਂ ਮੰਨ ਲਓ ਛੋਟੀ ਆ ਰਹੀ ਹੈ ਜੀ ਜੀ ਉਹਨਾਂ ਨੂੰ ਸਾਈਡ ਦੇ ਇੱਕ ਕੰਪਨੀ ਕਈ ਕੰਪਨੀਆਂ ਜੈ
ਚਲਾਉਣ ਨੂੰ ਆਰਾਮਦਾਇਕ ਆ ਜੀ। ਹਾਂਜੀ, ਪਲੇਟਫਾਰਮ ਪੱਧਰਾ ਸਾਰੇ, ਆਪਣਾ ਗੇਅਰ ਲੀਵਰ ਕਲੱਚ ਬ੍ਰੇਕ ਦੇ ਪੈਂਡਲ ਐਕਸੀਲੇਟਰ ਸਾਰਾ ਕੁਛ ਆਪਾਂ ਨੂੰ ਨੇੜੇ ਨੇੜੇ ਆ ਜੀ ਸਾਰਾ ਕੁਛ ਚਲਾਉਣਾ ਜੀ। ਆਪਾਂ ਹੁਣ 10-12 ਘੰਟੇ ਸੀਜ਼ਨ ਤੇ ਟਰੈਕਟਰ ਚਲਾਉਂਦੇ ਆ ਤੇ ਬੰਦਾ ਥੱਕਦਾ ਨੀ ਹੈਗਾ ਇਹਦੇ ਤੇ, ਮਤਲਬ ਆਰਾਮਦਾਇਕ ਆ ਜੀ। ਜਿਹਨੇ ਚਲਾਉਣਾ ਟਰੈਕਟਰ ਲਈ ਆਰਾਮਦਾਇਕ ਆ ਪੂਰਾ ਜੀ। ਤੇ ਲਓ ਜੀ, ਹੁਣ ਆਪਾਂ ਤੁਹਾਨੂੰ ਕਰਾਉਣੇ ਆ ਇਹਦੇ ਇੰਜਣ ਦੇ ਦਰਸ਼ਨ, ਉਹਦੇ ਵਿੱਚ ਕੀ ਕੀ ਕੰਪਨੀ ਦੇ ਰਹੀ ਆ ਉਹ ਭਰਾ ਨੂੰ ਪੁੱਛਦੇ ਆ। ਹਾਂਜੀ ਭਾਜੀ, ਇਹਦੇ ਵਿੱਚ ਪਹਿਲਾਂ ਤਾਂ ਫੀਡਗਾਰਡ ਦਾ ਆ ਰਿਹਾ ਏਅਰ ਫਿਲਟਰ ਜੀ, ਬਹੁਤ ਵਧੀਆ ਕੰਪਨੀ ਦਾ ਫੀਡਗਾਰਡ ਦਾ ਲੱਗਾ ਏਅਰ ਫਿਲਟਰ ਜੀ। ਇਹਦੀ ਇੱਕ ਤਾਂ ਲਾਈਫ ਜ਼ਿਆਦਾ ਸਰ ਜੀ, ਆਮ ਆਪਾਂ ਨੂੰ ਜਿਹੜੇ ਏਅਰ ਫਿਲਟਰ ਆ 500 ਘੰਟੇ ਦੇ ਚੇਂਜ ਕਰਨੇ ਪੈਂਦੇ ਆ ਜੀ, ਇਹਦੇ ਵਿੱਚ ਆਪਾਂ ਨੂੰ ਮੰਨ ਲਓ 1000 ਘੰਟੇ ਦੇ ਆਪਾਂ ਇਹਦਾ ਚੇਂਜ ਕਰਾਂਗੇ ਏਅਰ ਫਿਲਟਰ। ਔਰ ਇਹਦੇ ਵਿੱਚ ਡਬਲ ਮਿੱਟੀ ਨੂੰ ਰੋਕਣ ਵਾਸਤੇ ਫਿਲਟਰ ਲੱਗਾ ਪਿਆ ਜੀ ਜੀ। ਮੰਨ ਲਓ ਸਿੱਧੀ ਮਿੱਟੀ ਇਹਦੇ ਅੰਦਰ ਨਹੀਂ ਫਿਲਟਰ ਤੇ ਜਾਏਗੀ, ਪਹਿਲਾਂ ਇਹਦੇ ਵਿੱਚ ਡਸਟ ਜਿੰਨੀ ਵੀ ਆ ਸਾਰੀ ਇੱਥੇ ਰੁਕ ਜਾਏਗੀ, ਉਹਦੇ ਤੋਂ ਬਾਅਦ ਇਹ ਥੱਲੇ ਆ ਜਾਏਗੀ ਡਸਟ ਇੱਥੇ ਜੀ, ਤੇ ਇਹਦੇ ਨਾਲ ਫਿਲਟਰ ਦੀ ਜਿਹੜੀ ਲਾਈਫ ਆ ਉਹ ਵੱਧਦੀ ਆ ਜੀ। ਉਸ ਤੋਂ ਬਾਅਦ ਵਿੱਚ ਇਹਨੂੰ ਇੱਕ ਸੈਂਸਰ ਲੱਗਾ ਸਾਰਾ, ਦਿਖਾਓ ਇੱਧਰ ਜੀ। ਇਹ ਮੰਨ ਲਓ ਏਅਰ ਫਿਲਟਰ ਨੂੰ ਸੈਂਸਰ ਲੱਗਾ, ਜਦੋਂ ਆਪਣਾ ਏਅਰ ਫਿਲਟਰ ਚੋਕ ਹੋਏਗਾ ਇਹ ਸੈਂਸਰ ਉੱਥੇ ਲਾਈਟ ਦੇਏਗਾ ਮੀਟਰ ਤੇ ਉਹ ਆਪਣਾ ਜਿਹੜਾ ਵੀ ਡਰਾਈਵਰ ਨੂੰ ਉੱਤੇ ਜਿਹੜਾ ਵੀ ਡਰਾਈਵਰ ਚਲਾ ਰਿਹਾ ਉਹਨੂੰ ਉੱਪਰ ਪਤਾ ਲੱਗੇਗਾ ਵੀ ਆਪਣਾ ਏਅਰ ਫਿਲਟਰ ਚੋਕ ਹੋ ਗਿਆ ਵਾ। ਤੇ ਆ ਜੈਕ ਆਪਾਂ ਫੁੱਲ ਹੈਵੀ ਦੇ ਵਿੱਚ ਕੰਪਨੀ ਸਰ, ਦੋਨੋਂ ਜੈਕ ਡਬਲ ਲੱਗੇ ਆ ਜੀ, ਇਹਨੂੰ ਸ਼ੋਅ ਨੂੰ ਬਹੁਤ ਹੈਵੀ ਜੈਕ ਆ ਜੀ, ਆਸਾਨੀ ਨਾਲ ਆਪਣਾ ਥੱਲੇ ਆ ਰਹੀ ਸ਼ੋਅ, ਆਸਾਨੀ ਨਾਲ ਆਪਣੇ ਆਪ ਉੱਪਰ ਜਾ ਰਹੀ ਆ ਜੀ, ਕੋਈ ਮਤਲਬ ਇਹ ਨਹੀਂ ਕੋਈ ਆਪਾਂ ਨੂੰ ਸ਼ੋਅ। ਹਾਂਜੀ, ਆਪਣਾ ਲੌਕ ਖੋਲੋ, ਸ਼ੋਅ ਆਪਣੀ ਉੱਪਰ ਆ, ਦੋ ਹੈਵੀ ਜੈਕ ਲੱਗੇ ਆ, ਆਰਾਮ ਨਾਲ ਇਹਨੂੰ ਸ਼ੋਅ ਨੂੰ ਇੱਦਾਂ ਥੱਲੇ ਕਰੋ, ਨੀਚੇ ਹੋ ਰਹੀ ਆ ਜੀ ਪੂਰੀ, ਠੀਕ ਆ ਜੀ। ਹਾਂਜੀ, ਤੇ ਸਰ ਇਹਦੀ CRDI ਪਾਈਪ ਇਹਦੀ ਜਿਹੜੀ ਉਹ ਆਪਾਂ ਕਹਿੰਦੇ ਆ ਢੋਲ ਲੀਕੀ, ਉਹ ਕਿੱਥੇ ਕਰਤੀ ਕੰਪਨੀ ਨੇ ਸਰ? ਉਹ ਇਹਦੇ ਅੰਦਰ ਹੀ ਕਰ ਦਿੱਤੀ ਹੈਗੀ ਆ। ਅੱਛਾ ਜੀ, ਮੰਨ ਲਓ ਇਹਦੇ ਵਿੱਚ ਅੰਦਰ ਹੀ ਆ ਰਹੀ ਹੈ ਇਹਦੀ ਜਿਹੜੀ ਆਪਣਾ ਢੋਲ, ਬਾਹਰੇ ਸ਼ੋਅ ਨਹੀਂ ਹੁੰਦੀ ਜੀ, ਬਾਹਰੇ ਸ਼ੋਅ ਹੀ ਨਹੀਂ ਹੁੰਦੀ ਜੀ ਇਹਦੀ, ਸਾਇਲੈਂਟ ਟਰੈਕਟਰ ਆ ਬਿਲਕੁਲ, ਇਹਦੀ ਆਵਾਜ਼ ਵਗੈਰਾ ਬਿਲਕੁਲ ਨਹੀਂ ਆਉਂਦੀ ਹੈਗੀ ਜੀ। ਆਪਾਂ ਉਹ ਵੀ ਸਟਾਰਟ ਕਰਕੇ ਦਿਖਾ ਦਾਂਗੇ ਜੀ। ਹਾਂਜੀ, ਤੇ ਸਰ ਇੱਕ ਇਹਦੀ ਮਤਲਬ ਸਭ ਤੋਂ ਵੱਡੀ ਖੂਬੀ ਜਿਹੜੀ ਆਪਣੇ ਇਹਦੇ ਵਿੱਚ ਆ ਰਹੀ ਆ ਫਾਰਮ ਟਰੈਕ ਦੇ ਜੀ, ਸਭ ਤੋਂ ਵੱਡੀ ਜੀ ਇਹਦਾ ਇੰਜਨ ਆ ਜੀ, ਜਿਹੜਾ ਦਮਦਾਰ ਇੰਜਨ ਆ ਇਹਦੇ ਵਿੱਚ ਜੀ, 3682 CC ਇੰਜਨ ਆ ਜੀ ਇਹਦਾ ਜੀ। ਹਾਂਜੀ, 4 ਸਿਲੰਡਰ ਦੇ ਵਿੱਚ ਇਨਲਾਈਨ ਪੰਪ ਆ ਰਿਹਾ ਜੀ ਜੀ।
ਤੇ ਮੰਨ ਲਓ 3682 ਇੰਜਨਾਂ ਦੇ ਆ ਇਹਦੇ ਵਿੱਚ। ਤੇ ਇੱਕ ਉਹ ਆ ਜੀ ਕਿਸੇ 'ਚ ਨਹੀਂ ਆਉਂਦਾ ਜੋ ਆਪਣੇ ਅਲਾਰਮ ਵਾਲਾ ਸਿਸਟਮ ਜੀ? ਉਹ ਹਾਂਜੀ ਉਹ ਆ ਜੋ ਕੇ ਡਿਵਾਈਸ ਆ ਰਿਹਾ ਜੀ ਇਹਦਾ, ਆਪਾਂ ਕਿਸੇ ਟਾਈਮ ਵੀ ਕੰਪਨੀ ਨਾਲ ਆਪਾਂ ਆਪਣੀ ਗੱਲਬਾਤ ਕਰ ਸਕਦੇ ਹਾਂ ਜੀ, ਚਾਹੇ ਦਿਨ ਹੋਵੇ ਚਾਹੇ ਰਾਤ। ਹਾਂਜੀ ਹਾਂਜੀ ਉਹ ਦੇਖੋ, ਆਹ ਦੇਖੋ ਨਾ ਇਹਦੇ ਉੱਪਰ ਕੰਪਨੀ ਦਾ ਪ੍ਰੋਪਰ ਉਹਦਾ ਜੀ ਸਟicker ਵੀ ਲਾਇਆ ਵਾ ਜੀ 24x7 ਜੀ। ਮੰਨ ਲਓ ਆਪਾਂ ਕਿਤੇ ਵੀ ਆਪਾਂ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਆ ਜਾਂ ਕੋਈ ਆਪਾਂ ਕੰਪਨੀ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਆ ਤੇ ਆਪਾਂ ਕੇ ਡਿਵਾਈਸ ਦਾ ਸੋਚ ਦਬਾਉਣਾ ਇਹਦਾ ਤੇ ਆਪਾਂ ਕੰਪਨੀ ਨਾਲ ਕਿਸੇ ਟਾਈਮ ਵੀ ਗੱਲਬਾਤ ਕਰ ਸਕਦੇ ਆ ਜੀ। ਉਹ ਕੰਮ ਕਿਵੇਂ ਕਰਦੀ ਆ ਜੀ? ਆਪਣਾ ਕੇ ਡਿਵਾਈਸ ਲੱਗਾ ਪਿਆ ਇਹਨੂੰ ਜੀ, ਇਹਦਾ ਆਪਾਂ ਇਹਨੂੰ 10 ਸੈਕਿੰਡ ਸਵਿਚ ਨੂੰ ਜਿਹੜਾ ਨਾ ਦਬਾ ਕੇ ਰੱਖਣਾ ਵਾ ਜੀ। ਉਸ ਤੋਂ ਬਾਅਦ ਵਿੱਚ ਆਪਣਾ ਆਪਾਂ ਨੂੰ ਕਾਲ ਆਪਣੇ ਫੋਨ ਤੇ ਵੀ ਆ ਸਕਦੀ ਆ ਤੇ ਆਪਾਂ ਇਹਦੇ ਤੇ ਵੀ ਗੱਲ ਕਰ ਸਕਦੇ ਆ ਜੀ। ਹਾਂਜੀ ਜੀ, ਜੇ ਮਤਲਬ ਡਰਾਈਵਰ ਕੋਲ ਫੋਨ ਨਹੀਂ ਹੈਗਾ ਤਾਂ ਡਾਇਰੈਕਟ ਫਿਰ ਆਪਾਂ, ਹਾਂਜੀ ਫਿਰ ਆਪਾਂ ਮੰਨ ਲਓ ਜਦੋਂ ਸਵਿਚ ਦਬਾਇਆ ਵਾ ਆਪਾਂ ਫੋਨ ਤੋਂ ਦੱਸ ਦਾਂਗੇ ਡਰਾਈਵਰ ਇਹਦੇ ਤੇ ਵੀ ਗੱਲ ਕਰ ਸਕਦਾ ਜੀ। ਨਹੀਂ ਜਿਹੜਾ ਮਤਲਬ ਰਜਿਸਟਰ ਫੋਨ ਨੰਬਰ, ਰਜਿਸਟਰ ਨੰਬਰ, ਹਾਂਜੀ ਜਿਹੜਾ ਰਜਿਸਟਰ ਨੰਬਰ ਆ ਉਹਦੇ ਤੇ ਕਾਲ ਆਊਗੀ। ਜੇ ਆਪਾਂ ਟਰੈਕਟਰ ਤੇ ਵੀ ਗੱਲ ਕਰਨਾ ਚਾਹੁੰਦੇ ਤੇ ਇਸ ਤੇ ਵੀ ਗੱਲ ਹੋ ਜੂਗੀ ਆਪਣੀ। ਤੇ ਸਾਰੇ ਹੋਰ ਵੀ ਮਤਲਬ ਇੱਕ ਕੰਮ ਕਰਦਾ ਜਿੱਦਾਂ GPS ਵਗੈਰਾ ਹੋ ਗਿਆ? ਹਾਂਜੀ ਹਾਂਜੀ, ਉਹਦੇ ਵਿੱਚ ਇੱਕ ਐਪ ਹੈਗੀ ਆਪਣੀ GStar ਐਪ ਜੀ। ਹਾਂਜੀ GStar ਐਪ ਹੈਗੀ ਆ, ਉਹਦੇ ਵਿੱਚ ਆਪਾਂ ਉਹਨੂੰ ਆਪਣੇ ਫੋਨ ਤੋਂ ਲੋਕੇਸ਼ਨ ਵੀ ਚੈੱਕ ਕਰ ਸਕਦੇ, ਟਰੈਕਟਰ ਦੀ ਲੋਕੇਸ਼ਨ ਕਿੱਥੇ ਟਰੈਕਟਰ ਜਾ ਰਿਹਾ ਜੀ। ਹਾਂਜੀ ਹਾਂਜੀ ਬਿਲਕੁਲ ਚੈੱਕ ਕਰ ਸਕਦੇ ਸਰ, ਤੇ ਕਿੰਨਾ ਟਰੈਕਟਰ ਚੱਲ ਗਿਆ ਪੂਰੀ ਡਿਟੇਲ ਆਪਾਂ ਘਰੇ ਬੈਠੇ ਫੋਨ ਤੇ ਦੇਖ ਸਕਦੇ ਹਾਂ। ਬਿਲਕੁਲ, ਜੋ ਆਪਣੀ ਐਪ ਚੱਲਦੀ ਹੈਗੀ ਆ ਜੀ ਸਕਾਊਟ ਦੀ, ਆਪਣੀ ਐਪ ਚੱਲਦੀ ਪਈ ਆ ਜਿੱਦਾਂ ਭਰਾ ਜਿਹੜਾ ਕੋਈ ਬਾਹਰ ਬੈਠੇ ਨੇ ਜੀ ਇਹਨਾਂ ਤੋਂ ਬਾਹਰ ਐਪ ਚੱਲਦੀ ਆ ਸਰ, ਆਪਾਂ ਉਹਨੂੰ ਆਪਣੇ ਫੋਨ 'ਚ ਡਾਊਨਲੋਡ ਕਰ ਸਕਦੇ ਹਾਂ ਜੀ। ਜੀ ਡਾਊਨਲੋਡ ਕਰੀਏ ਆਪਾਂ ਪੂਰੀ ਆਪਣੇ ਟਰੈਕਟਰ ਦੀ ਜਿੰਨੀ ਵੀ ਜਾਣਕਾਰੀ ਹੈਗੀ ਸਰਵਿਸ ਦੀ ਜੀ, ਜਾਂ ਜੋ ਵੀ ਨਵੀਂ ਉਹਦੇ ਵਿੱਚ ਅਪਡੇਟ ਕੋਈ ਵੀ ਆਪਾਂ ਉਹਦੇ ਵਿੱਚ ਚੈੱਕ ਕਰ ਸਕਦੇ ਹਾਂ, ਉਹਦੇ ਵਿੱਚ ਆ ਜਾਣੀ ਆ ਘਰ ਬੈਠੇ ਫੋਨ ਤੇ ਆਪਾਂ ਚੈੱਕ ਕਰ ਸਕਦੇ ਹਾਂ। ਹਾਂਜੀ ਹਾਂਜੀ, ਆਓ ਤੁਹਾਨੂੰ ਇਹਦੇ ਵਿੱਚ ਇੱਕ ਨਵੀਂ ਚੀਜ਼ ਦਿਖਾਉਂਦੇ ਆਪਾਂ ਜੀ। ਜੀ ਆਹ ਦੇਖੋ ਆਪਾਂ ਟਰੈਕਟਰ ਸਟਾਰਟ ਕਰ ਲਿਆ ਜੀ। ਜੀ ਹਾਲੇ ਤੱਕ ਮਾਰਕੀਟ ਦੇ ਜਿੰਨੇ ਵੀ ਟਰੈਕਟਰ ਆ ਰਹੇ ਆ ਜੀ, ਜੀ ਉਹਨਾਂ ਦੇ ਵਿੱਚ ਆਹ ਚੀਜ਼ ਕਿਸੇ ਟਰੈਕਟਰ 'ਚ ਨਹੀਂ ਹਾਲੇ ਤੱਕ ਆ ਰਹੀ। ਓਕੇ, ਇਹ ਹੈਗੀ ਆਪਣਾ ਕਿਲੋਮੀਟਰ ਸਪੀਡ। ਓਕੇ, ਮੰਨ ਲਓ ਆਪਾਂ ਹੁਣ ਟਰੈਕਟਰ ਦੀ ਜਿਹੜੀ ਰੋਡ ਸਪੀਡ ਹੈਗੀ ਆ ਨਾ ਜੀ, ਉਹ ਕੰਪਨੀ ਨੇ ਇਸ ਟਾਈਮ ਇਹਦੇ ਵਰਲਡ ਮੈਕਸ ਇਦਾਂ ਹੀ ਫੇਰ ਕਾਰ ਵਾਲੀ ਕੰਮ ਹੋ ਗਿਆ। ਬਿਲਕੁਲ ਬਿਲਕੁਲ ਜੀ, ਆਹ ਦੇਖੋ ਨਾ ਹੁਣ ਰੋਡ ਸਪੀਡ ਇਹਦੀ ਆਪਾਂ ਤੁਹਾਨੂੰ ਚੈੱਕ ਕਰਵਾਉਂਦੇ ਆ। ਲਓ ਜੀ ਮਿੱਤਰੋ, ਸਪੋਰਟ ਨੇ ਨਵਾਂ ਆਪਾਂ ਟਰੈਕਟਰ ਇੰਡਸਟਰੀ ਨਵੀਂ ਚੀਜ਼ ਕਹਿ ਸਕਦੇ ਹਾਂ ਜੋ ਅੱਜ ਤੱਕ ਕਿਸੇ ਟਰੈਕਟਰ 'ਚ ਨਹੀਂ ਆਈ। ਬਿਲਕੁਲ ਜੀ ਬਿਲਕੁਲ, ਆਹ ਦੇਖੋ ਰੋਡ ਦੀ ਸਪੀਡ ਆ ਰਹੀ ਆ ਜੀ ਟਰੈਕਟਰ ਦੀ ਆਪਣੀ। ਤੇ ਟੋਟਲੀ ਸਪੀਡ ਕਿੰਨੇ? ਇੱਕ ਤਾਂ ਚੱਕਰ ਹੋ ਗਏ ਜੀ, ਇੱਕ ਰੋਡ ਸਪੀਡ ਹੋ ਗਈ, ਦੋਨੇ ਚੀਜ਼ਾਂ ਆ ਰਹੀਆਂ ਨੇ। ਹਾਂਜੀ ਬਿਲਕੁਲ ਜੀ ਬਿਲਕੁਲ, ਇੱਕ ਟਰੈਕਟਰ ਦੇ RPM ਹੋ ਗਿਆ ਸਰ, ਇੱਕ ਟਰੈਕਟਰ ਦੀ ਰੋਡ ਸਪੀਡ ਹੋ ਗਈ ਆ ਜੀ। ਇਹ ਤਾਂ ਆਪਾਂ ਇਹ ਕਹਿ ਸਕਦੇ ਵੀ ਕਾਰ ਬਣਾ ਦਿੱਤੀ ਭਾਈ ਮਿੱਤਰੋ, ਕਾਰ ਟਰੈਕਟਰ ਤਾਂ ਇੱਕ ਦੇਖਣ ਨੂੰ ਟਰੈਕਟਰ ਆ। ਬਿਲਕੁਲ ਜੀ ਬਿਲਕੁਲ, ਫੰਕਸ਼ਨ ਸਾਰੇ ਕਾਰ ਵਾਲੇ ਨੇ। ਬਿਲਕੁਲ ਜੀ, ਲਓ ਜੀ ਜਿੱਦਾਂ ਰੇਸ ਘਟੀ ਜਾਣੀ ਆ, ਸਪੀਡ ਘਟੀ ਜਾਣੀ ਆ, ਮੀਟਰ ਤੇ ਸ਼ੋ ਹੋਈ ਜਾਣੀ ਆ। ਬਿਲਕੁਲ ਜੀ ਬਿਲਕੁਲ, ਆ ਤਾਂ ਸਵਾਦ ਹੀ ਲਿਆਤਾ ਜੀ। ਹਾਂਜੀ, ਨਵੀਂ ਨਵੀਂ ਚੀਜ਼ ਆ, ਨਵਾਂ ਸੱਪ ਸਕਾਊਟ ਜ਼ਰੂਰ ਕੱਟਦੀ ਆ, ਆ ਨਵਾਂ ਸੱਪ ਕੱਟਤਾ ਜੀ। ਹੁਣ ਕਾਪੀਆਂ ਹੋਣਗੀਆਂ, ਰੀਸਾਂ ਹੋਣਗੀਆਂ, ਪਰ ਮੁਕਾਬਲੇ ਨਹੀਂ ਹੋਣੇ ਮਿੱਤਰੋ। ਤੇ ਲਓ ਜੀ ਤੁਹਾਨੂੰ ਆਪਾਂ ਰੋਡ ਸਪੀਡ ਟੈਸਟ ਕਰਾਈ ਆ, ਇਹ ਕਾਰਾਂ ਦੇ ਵਿੱਚ ਵੀ ਆਪਣੀ ਕਿੰਨੇ ਦੇ ਕਾਰ ਜਾ ਰਹੀ ਆ, ਉਹੀ ਚੀਜ਼ ਇਹ ਆ ਗਈ ਵੀ ਜਦੋਂ ਰੋਡ ਤੇ ਜਾ ਰਹੇ ਹੋ ਇੰਜਣ ਦੇ ਚੱਕਰ ਤਾਂ ਪਤਾ ਲੱਗਣੇ ਹੀ ਲੱਗਣੇ ਨੇ, ਉਹ ਆਮ ਗੱਲ ਆ ਸਾਰੇ ਟਰੈਕਟਰ 'ਚ ਪਤਾ ਲੱਗਦਾ, ਪਰ ਰੋਡ ਸਪੀਡ ਕਿਸੇ ਟਰੈਕਟਰ 'ਚ ਨਹੀਂ ਪਤਾ ਲੱਗਦੀ, ਉਹ ਸਿਰਫ ਆਉਣ ਲਈ ਬੰਨ ਸਕੋਟ ਕੰਪਨੀ ਦੇ ਜੋ ਟਰੈਕਟਰ ਆ ਰਹੇ ਨੇ ਹੁਣ ਉਹ ਦੱਸ ਰਹੇ ਨੇ ਵੀ ਰੋਡ ਸਪੀਡ ਇੰਨੀ ਆ ਜੀ। ਇਹ ਆਪਣੇ ਫਾਰਮ ਟਰੈਕ ਤੋਂ ਬੜੇ ਲੰਮੇ ਟਾਈਮ ਨਾਲ ਜੁੜੇ ਪਿਆ ਜੀ ਜੀ, ਤੇ ਇਹ ਆਪਣੇ ਬਾਰੇ ਦੱਸਣਗੇ ਟਰੈਕਟਰ ਬਾਰੇ ਵੀ ਇਹਨਾਂ ਨੂੰ ਕੀ ਇਹਦੇ ਵਿੱਚ ਚੰਗਾ ਲੱਗਾ ਜਿਹਦਾ ਕਰਕੇ ਟਰੈਕਟਰ ਲਿਆ ਇਹਨਾਂ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਅਸੀਂ 1999 ਦੇ ਅਸੀਂ ਜੁੜੇ ਹੋਏ ਹਾਂ ਫਾਰਮ ਟਰੈਕ ਦੇ ਨਾਲ। ਹਾਂਜੀ, ਤੇ ਸਾਡੇ ਕੋਲ ਪਹਿਲਾਂ 2 45 1 60 ਵਾ। ਹਾਂਜੀ, ਤੇ ਹੁਣ ਸਾਨੂੰ ਇਹ ਵਧੀਆ ਲੱਗਿਆ ਇਹਦੇ ਵਿੱਚ ਫਿਊਚਰ ਜਿੱਦਾਂ। ਹਾਂਜੀ, ਅੱਜ ਅਸੀਂ ਇਹ 60-55 ਲੈ ਕੇ ਜਾ ਰਹੇ ਹਾਂ ਘਰ ਨੂੰ, ਤੇ ਸਾਰੇ ਬੰਦਿਆਂ ਨੂੰ ਮੈਂ ਇਹ ਕਹੂੰਗਾ ਕਿਸਾਨ ਵੀਰਾਂ ਨੂੰ ਵੀ ਤੁਸੀਂ ਵੀ ਟਰਾਈ ਕਰੋ,
ਜਿੱਦਾਂ ਮਤਲਬ ਅੱਜ ਕੱਲ ਮਤਲਬ ਆਪਾਂ ਕਹਿ ਦਿੰਦੇ ਟਾਈਮ ਚੱਲਦਾ ਉਹਦੇ ਅਕੋਰਡਿੰਗ ਸਾਰੇ ਫੰਕਸ਼ਨ ਜਿੱਦਾਂ ਕੰਪਨੀ ਦੇ ਰਹੀ ਆ ਦੇ ਰਹੀ ਆ, ਉਹ ਮੈਨੂੰ ਲੱਗਿਆ ਵੀ ਸਭ ਤੋਂ ਬੈਸਟ ਵਾਇਰ ਵਿੱਚ ਤੇ ਅੱਜ ਮੈਂ ਤੁਹਾਨੂੰ ਅੱਜ ਲੈ ਕੇ ਜਾ ਰਿਹਾ ਹਾਂ। ਠੀਕ ਹੈ, ਪੂਰੀ ਸੰਤੁਸ਼ਟੀ ਆ ਤੁਹਾਡੀ ਜੀ? ਹਾਂ ਪੂਰੀ ਸੰਤੁਸ਼ਟੀ, ਐਨ ਪੂਰੇ ਖੁਸ਼ ਮਤਲਬ ਕਮ ਸੇ ਕਮ ਤੁਹਾਨੂੰ 24-25 ਸਾਲ ਹੋ ਗਏ ਕੰਪਨੀ ਨਾਲ ਜੁੜੇ ਹੋਏ ਨੂੰ, ਹੈ ਨਾ ਜੀ? ਜਿੱਦਾਂ ਜਿੱਦਾਂ ਟਾਈਮ ਚੇਂਜ ਹੋ ਰਿਹਾ ਉਦਾਂ ਉਦਾਂ ਟਰੈਕਟਰ ਦੇ ਮਾਡਲ ਵੀ ਚੇਂਜ ਹੋ ਰਹੇ ਨੇ ਤੇ ਫੀਚਰ ਵੀ ਚੇਂਜ ਹੋ ਰਹੇ ਨੇ, ਫੀਚਰ ਵੀ ਚੇਂਜ ਉਹਦੇ ਕਰਕੇ ਕੋਈ ਵੀ ਫੀਚਰ ਨਵਾਂ ਦਾ ਆਪਾਂ ਨੂੰ ਪਤਾ ਸਕੌਟ ਕੰਪਨੀ ਪਹਿਲਾਂ ਲੈ ਕੇ ਆਉਂਦੀ ਆ ਜੀ, ਤੇ ਉਹਦੇ ਕਰਕੇ ਮਤਲਬ ਤੁਸੀਂ ਪੂਰੀ ਸੰਤੁਸ਼ਟੀ ਨਾਲ ਆਰਾਮ ਨਾਲ ਮਤਲਬ ਟਰੈਕਟਰ ਜਦੇ ਵਰਤ ਰਹੇ ਹੋ ਜੀ? ਪੂਰੀ ਸੰਤੁਸ਼ਟੀ ਆ ਸਾਨੂੰ, ਪੂਰਾ ਭਰੋਸਾ ਵਾ ਫਾਰਮ ਟਰੈਕ ਤੇ। ਤੇ ਜਿੱਦਾਂ ਕੋਈ ਸਰਵਿਸ ਆਪਾਂ ਸ਼ੋਰੂਮ ਤੇ ਆਉਨੇ ਆ ਉਹਨਾਂ ਦਾ ਮਤਲਬ ਤੁਹਾਡੇ ਨਾਲ ਵਧੀਆ? ਬਹੁਤ ਵਧੀਆ ਸਾਡਾ ਜੀ, ਉਹਨਾਂ ਦੇ ਤਾਂ ਸਲੂਕ ਆ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਕੋਈ ਦਿੱਕਤ ਪਰੇਸ਼ਾਨੀ ਜੀ? ਨਾ ਨਾ ਕੋਈ ਨਹੀਂ, ਪੂਰੇ ਐਨ ਸੰਤੁਸ਼ਟੀ ਆ ਜੀ। ਹਾਂਜੀ ਹਾਂਜੀ, ਪੂਰੀ ਸੰਤੁਸ਼ਟੀ। ਥੈਂਕ ਯੂ ਤੁਹਾਡਾ। ਹਾਂਜੀ, ਹੁਣ ਟਰੈਕਟਰ ਦੀ ਆਪਾਂ ਡਿਲੀਵਰੀ ਕਰਨ ਲੱਗੇ ਹਾਂ। ਇਹ ਭਰਾ ਉਹਨਾਂ ਨੇ ਟਰੈਕਟਰ ਲਿਆ 60-55 ਜੀ, ਨਿਊ ਸ਼ੇਪ ਦੇ ਵਿੱਚ, ਤੇ ਅੱਜ ਇਹਨਾਂ ਦੀ ਡਿਲੀਵਰੀ ਸੀ, ਆਪਾਂ ਤੁਹਾਨੂੰ ਦਿਖਾਈ ਆ ਨਿਊ ਸ਼ੋ ਦੇ ਵਿੱਚ। ਇਹਨਾਂ ਨੇ ਮੰਨ ਲਾ ਇਹ ਪੁਰਾਣੇ ਕਸਟਮਰ ਨੇ, ਫੁੱਲ ਇਹਨਾਂ ਦਾ ਵਿਸ਼ਵਾਸ ਆ, ਇਹਨਾਂ ਨੇ ਨਿਊ ਸ਼ੇਪ ਦੇ ਵਿੱਚ ਪੂਰਾ ਟਰੈਕਟਰ ਪਰਖ ਕੇ ਲਿਆ ਤੇ ਬਹੁਤ ਟਰੈਕਟਰ ਵਿਕ ਰਿਹਾ, ਤੇ ਜਿਨ੍ਹਾਂ ਨੇ ਬੁੱਕ ਕਰਾਉਣਾ ਉਹ ਵੀ ਕਰਾ ਸਕਦਾ। ਧੰਨਵਾਦ। ਤੇ ਲਓ ਜੀ, ਟਰੈਕਟਰ ਦੀ ਡਿਲੀਵਰੀ ਆ ਤੇ ਭਰਾ ਹੁਣੀ ਲੈ ਚੱਲੇ ਇਹਨਾਂ ਨੂੰ, ਅੱਜ ਆਪਾਂ ਟਰੈਕਟਰ ਦੀ ਡਿਲੀਵਰੀ ਦਿੱਤੀ ਆ, ਤੁਸੀਂ ਦੇਖ ਸਕਦੇ ਹੋ। ਤੇ ਜੋ ਆ ਆਪਾਂ ਕਹਿ ਸਕਦੇ ਹਾਂ ਫਾਈਬਰ ਹੁੱਟ ਤੇ ਮਿਊਜ਼ਿਕ ਸਿਸਟਮ ਆ, ਉਹ ਭਰਾ ਉਹਨਾਂ ਨੇ ਆਪ ਲਵਾਇਆ, ਕਿਉਂਕਿ ਇਹਨਾਂ ਨੇ ਇਹ ਸੀ ਵੀ ਪੂਰਾ ਟਰੈਕਟਰ ਆਪਾਂ ਨੇ ਕੰਪਲੀਟ ਕਰਕੇ ਲੈ ਕੇ ਜਾਣਾ।